ਸਵਾਗਤ ਹੈ ਜੀ ਤੁਹਾਡਾ ਤਰਾਂ ਐਲਐਸਆਈ ਕੇ YouTube ਚੈਨਲ ਦੇ ਵਿੱਚ ਜਿੱਥੇ ਤੁਸੀਂ ਸਾਰਾ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਟਵਾਰੀ ਦੇ ਮੁੱਖ ਕੰਮ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਟਵਾਰੀ ਦੇ ਮੁੱਖ ਕੰਮ ਪੰਜਾਬ ਲੈਂਡ ਰਿਕਾਰਡ ਮੈਨੂਅਲ 3.14 ਅਨੁਸਾਰ ਪਟਵਾਰੀ ਦੇ ਕੰਮ ਨੰਬਰ 1 ਪਿੰਡ ਵਿੱਚ ਪੈਮਾਈਸ਼ ਨੰਬਰ 2 ਫਸਲਾਂ ਦੀ ਗਿਰਦਾਵਰੀ ਜਿਸ ਨੂੰ ਆਪਾਂ ਗਰਦੌਰੀ ਵੀ ਕਹਿ ਦਿੰਦੇ ਹਾਂ ਨੰਬਰ 3 ਚਿੰਸਵਾਰ ਨੰਬਰ 4 ਨਕਸ਼ਿਆਂ ਦੀ ਤਿਆਰੀ ਨੰਬਰ 5 ਤਤੀਮਾ ਸ਼ਿਜਰਾ ਨੰਬਰ 6 ਤਿਆਰੀ ਜਮ੍ਹਾਂਬੰਦੀ ਸੰਬੰਧੀ ਆਦੇਸ਼ ਨੰਬਰ 7 ਇਸ ਤੋਂ ਇਲਾਵਾ ਹੋਰ ਸਰਕਾਰੀ ਕੰਮ ਜਿਨ੍ਹਾਂ ਸੰਬੰਧੀ ਉਸ ਨੂੰ ਮਾਲ ਅਫਸਰ ਆਹੀ ਆਦੇਸ਼ ਮਿਲਦੇ ਹਨ ਉਹਨਾਂ ਦੀ ਪਾਲਣਾ ਕਰਨੀ ਹੁੰਦੀ ਹੈ ਪੰਜਾਬ ਲੈਂਡ ਰਿਕਾਰਡ ਮੈਨੂਅਲ 3.15 ਅਨੁਸਾਰ ਨੰਬਰ 1 ਫਸਲਾਂ ਉੱਪਰ ਗੰਭੀਰ ਅਸਰ ਪਾਉਣ ਵਾਲੀ ਕੁਦਰਤੀ ਆਫਤ ਦੀ ਸੂਚਨਾ ਕਨੂਗੋ ਰਾਹੀ ਤਸੀਲਦਾਰ ਨੂੰ ਦੇਣੀ ਪਟਵਾਰੀ ਕੋਲ ਮਾਲ ਵਿਭਾਗ ਦਾ ਮੁਢਲਾ ਰਿਕਾਰਡ ਹੁੰਦਾ ਹੈ ਜੋ ਉਸ ਕੋਲ ਰਿਕਾਰਡ ਹੁੰਦਾ ਹੈ ਉਸ ਦੀ ਸੰਭਾਲ ਕਰਨੀ ਉਸ ਦੀ ਜ਼ਿੰਮੇਵਾਰੀ ਹੈ ਕਿਸੇ ਪ੍ਰਕਾਰ ਦੀ ਅਣਅਧਿਕਾਰਤ ਤਬਦੀਲੀ ਨਾ ਹੋ ਕਰੇ ਨਾ ਹੀ ਹੋਣ ਦੇਵੇ ਇਹ ਪਟਵਾਰੀ ਦੇ ਮੁੱਖ ਕੰਮ ਆਗੇ ਹੀ ਅੱਜ ਦਾ ਵਿਚਾਰ ਜ਼ਿੰਦਗੀ ਹਮੇਸ਼ਾ ਤੁਹਾਨੂੰ ਇੱਕ ਹੋਰ ਮੌਕਾ ਦਿੰਦੀ ਹੈ ਜ਼ਿੰਦਗੀ ਹਮੇਸ਼ਾ ਤੁਹਾਨੂੰ ਇੱਕ ਹੋਰ ਮੌਕਾ ਦਿੰਦੀ ਹੈ ਜਿਸ ਨੂੰ ਕੱਲ ਕਿਹਾ ਜਾਂਦਾ ਹੈ ਹੋਰ ਕੰਮ ਦੀਆਂ ਵੀਡੀਓਜ਼ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀ youtube.com/khatranlsi ke ਜਾਂ ਤੁਸੀਂ ਸਰਚ ਚ ਭਰ ਸਕਦੇ ਹੋ ਖਤਰਾਂ lsi ke ਸਾਡਾ ਫੇਸਬੁੱਕ ਪੇਜ ਵੀ ਜ਼ਰੂਰ ਲਾਈਕ ਕਰੋ ਉੱਥੇ ਅਸੀਂ ਬਹੁਤ ਸਾਰੀਆਂ ਅਪਡੇਟ ਦਿੰਦੇ ਰਹਿੰਦੇ ਆ ਖਤਰਾਂ lsi ke ਸਰਚ ਕਰ ਸਕਦੇ ਹੋ ਤੁਸੀਂ ਉੱਥੇ ਸਾਡੀ ਵੈਬਸਾਈਟ ਬਲੌਗ ਵੀ ਹੈ ਜਿੱਦੇ ਤੁਸੀਂ ਇਹ ਸਾਰਾ ਕੁਝ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਜਾਂ ਦੋ ਦਿਨਾਂ ਬਾਅਦ ਉੱਥੇ ਅਸੀਂ ਰਿਟਨ ਚ ਪਾ ਦਿੰਦੇ ਆ ਤਾਂ www. khatranlsi.blogspot.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀਡੀਓ ਪੂਰੀ ਦੇਖਣ ਲਈ ਧੰਨਵਾਦੀ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਜੋ ਵੀ ਸਾਡੇ ਸਬਸਕ੍ਰਾਈਬਰਸ ਨੇ ਜੇ ਵੀਡੀਓ ਦੇਖ ਰਹੇ ਹੈ ਜੀ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜਰੂਰ ਕਰੋ ਜੀ ਤੁਸੀਂ ਬਹੁਤ ਕੁਝ ਇੱਥੇ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਹੋਰ ਵੀ ਕਿਸੇ ਦੇ ਕੰਮ ਆ ਸਕੇ ਲਾਈਕ ਜ਼ਰੂਰ ਕਰਿਆ ਕਰੋ ਤੇ ਜੇਕਰ ਸਬਸਕ੍ਰਾਈਬ ਨਹੀਂ ਕਰਿਆ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਨੂੰ ਕੁਝ ਨਾ ਕੁਝ ਇਸ ਚੈਨਲ ਤੋਂ ਸਿੱਖਣ ਨੂੰ ਜ਼ਰੂਰ ਮਿਲੇਗਾ ਲਗਭਗ 80 ਦੇ ਕਰੀਬ ਵੀਡੀਓਜ਼ ਨੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇੱਥੋਂ ਤੁਹਾਨੂੰ ਤਾਂ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਖਤਰਾ ਐਲਐਸਆਈ ਕੇ ਜਿਹੜਾ ਉਹ ਲਾਈਕ ਕਰ ਸਕਦੇ ਹੋ ਸਾਨੂੰ ਫੋਲੋ ਕਰ ਸਕਦੇ ਹੋ ਤੇ ਜੇਕਰ ਤੁਹਾਡਾ ਕੋਈ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਫੇਸਬੁੱਕ ਤੇ ਮੈਸੇਜ ਕਰੋ ਅਸੀਂ ਸਾਡਾ ਰਿਸਪੌਂਸ ਟਾਈਮ ਲਗਭਗ 22 ਮਿੰਟ ਅੱਧੇ ਘੰਟੇ ਦੇ ਅੰਦਰ ਅੰਦਰ ਅਸੀਂ ਤੁਹਾਨੂੰ ਰਿਪਲਾਈ ਜਰੂਰ ਕਰਦੇ ਹਾਂ ਫੇਸਬੁੱਕ ਤੇ ਤਾਂ ਉੱਥੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰੋ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਕਿਸੇ ਨਾ ਕਿਸੇ ਦੇ ਵੀ ਹੋਰ ਵੀ ਕੰਮ ਆਵੇ ਲੋਕ ਜੁੜਨ ਆਪਣੇ ਨਾਲ ਹੋਰ ਵੀ ਅੱਗੇ ਬਹੁਤ ਸਾਰੀਆਂ ਆਪਣੀਆਂ ਵੀਡੀਓਜ਼ ਆ ਰਹੀਆਂ ਨੇ ਉਮੀਦ ਹੈ ਵੀ ਆਪਾਂ 200 ਦੇ ਕਰੀਬ ਵੀਡੀਓ ਛੇਤੀ ਪੂਰੀਆਂ ਕਰ ਲਵਾਂਗੇ ਸੌ ਤਾਂ ਹੋਣ ਵਾਲੀਆਂ 20 ਵੀ ਵੀਡੀਓ ਰਹਿ ਗਈਆਂ ਕੋਸ਼ਿਸ਼ ਹੁੰਦੀ ਹੈ ਸਾਡੀ 4 ਜਾਂ 5 ਦਿਨਾਂ ਬਾਅਦ ਇੱਕ ਵੀਡੀਓ ਜ਼ਰੂਰ ਆਵੇ ਹਫਤੇ 'ਚ ਇੱਕ ਵੀਡੀਓ ਦਾ ਮੇਨਟੇਨ ਆਪਾਂ ਜ਼ਰੂਰ ਰੱਖਾਂਗੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਵੀਡੀਓਜ਼ ਦੇਖਣ ਲਈ ਧੰਨਵਾਦ